ਜਿਹੜੇ ਕਿ ਲੋਕ ਸਭਾ ਚੋਣਾਂ ਤੋਂ ਡਟ ਹੋਈਆਂ ਨੇ, ਤੁਹਾਨੂੰ ਫਤਿਹਗੜ੍ਹ ਸਾਹਿਬ ਸੀਟ ਜਿਹੜਾ ਲਾਗੂ ਸਮਰਾਲਾ ਚਾਹੀਓ, ਕਿਹੜੇ ਕਿਹੜੇ ਮੁੱਦਿਆਂ ਦੇ ਕੋਈ ਚੋਣ? ਅੱਜ ਜਿਹੜੇ ਚੋਣ ਮੁੱਦੇ ਸੀਗੇ, ਆਹ 2 ਸਾਲ ਸਾਡੀ ਆਮ ਪਾਰਟੀ ਸਰਕਾਰ ਚੱਲ ਰਹੀ ਹੈ, ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਅਤੇ ਕੇਜਰੀਵਾਲ ਸਾਹਿਬ ਸਾਡੇ ਸੁਪਰੀਮੋ ਨੇ, ਅਤੇ ਜਿਹੜੇ ਸਾਡੇ ਐੱਮ ਐੱਲ ਏ ਚਾਹੇ ਸਮਰਾਲਾ ਨੇ ਚਾਹੇ 9 ਹਲਕਿਆਂ 'ਚ ਜਿਹੜੇ ਐੱਮ ਐੱਲ ਏ ਨੇ ਸਾਡੇ, ਵੈਸੇ ਤਾਂ ਪੂਰੇ ਪੰਜਾਬ 'ਚ ਹੀ ਜੋ ਜਿਹੜੇ ਮੁੱਦੇ ਸੀਗੇ, ਪੰਜਾਬ ਦੇ ਇੱਕ ਇਲੈਕਟ੍ਰੀਸਿਟੀ ਦਾ ਮੁੱਦਾ ਸੀਗਾ, ਇੱਕ ਹੈਲਥ ਦਾ ਅਤੇ ਐਜੂਕੇਸ਼ਨ ਦਾ ਅਤੇ ਜੋਬਸ ਦਾ, ਇਹ ਸਭ ਤੋਂ ਇਹ 4 ਮੁੱਦੇ ਸੀ ਜਿਵੇਂ ਗੱਲ ਕੀਤੀ ਹੈ, ਜੋ 2 ਸਾਲ ਦੇ ਵਿੱਚ 43,000 ਦੇ ਕਰੀਬ ਜੋਬ ਦਿੱਤੀਆਂ ਨੇ। ਅਤੇ ਜਿਹੜਾ ਹੈਲਥ ਦਾ ਸਿਸਟਮ ਹੈ, ਜਿਵੇਂ ਮੁਹੱਲਾ ਕਲੀਨਿਕ ਸੀਗੇ, ਅਤੇ ਅੱਜ ਹਰ ਪਿੰਡ 'ਚ ਜੋ ਗਰੀਬ ਬੰਦੇ ਆ ਉਹ ਚੀਜ਼ ਦਾ ਬੈਨੀਫਿਟ ਲੈ ਰਹੇ ਆ। ਐਜੂਕੇਸ਼ਨ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਹੋ ਰਹੇ ਆ, ਅਤੇ ਜਿਹੜੇ ਸਕੂਲ ਬੱਚੇ ਨੇ, ਜਿਹੜੇ ਗਰੀਬ ਬੱਚੇ ਨੇ, ਅੱਜ ਉਹਨਾਂ ਨੂੰ ਸਹੂਲਤਾਂ ਨੇ, ਪ੍ਰੋਪਰ ਸਹੂਲਤਾਂ ਮਿਲਦੀਆਂ ਨੇ, ਤਾਂ ਕਿ ਉਹ ਵੀ ਕੱਲ੍ਹ ਨੂੰ ਇੰਜੀਨੀਅਰ ਬਣਨ ਅਤੇ IAS ਬਣਨ, ਕਿਉਂਕਿ ਜੋ ਪ੍ਰਾਈਵੇਟ ਸਕੂਲਾਂ 'ਚ ਫੈਸਿਲਿਟੀਆਂ ਸੀ ਅੱਜ ਉਹ ਸਰਕਾਰੀ ਸਕੂਲਾਂ 'ਚ ਫੈਸਿਲਿਟੀਆਂ ਆਉਂਦੀਆਂ ਨੇ। ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਪਣੇ ਲਾਈਟ ਦੀ, ਕਿਉਂਕਿ ਲਾਈਟ ਚਾਹੇ ਪਿੱਛੇ ਸਰਕਾਰਾਂ ਦੇਖੀਆਂ, ਚਾਹੇ ਅਸੀਂ ਪਾਰਟੀਸਪੇਟ ਉਹਨਾਂ 'ਚ ਕੀਤਾ, ਪਰ ਕਿਸਾਨ ਖੁਸ਼ ਨਹੀਂ ਸੀ ਹੁੰਦੇ। ਪਰ ਅੱਜ 2 ਸਾਲ ਦੇ ਵਿੱਚ ਜਿਹੜੀ ਇਲੈਕਟ੍ਰੀਸਿਟੀ ਬਿੱਲ ਹੈ ਉਹ 80% ਲੋਕਾਂ ਦਾ ਫ੍ਰੀ ਆ ਰਿਹਾ, ਕੋਈ ਨੋ ਬਿੱਲ ਆ ਰਿਹਾ। ਅਤੇ ਜਿਹੜੇ ਸਾਡੇ ਕਿਸਾਨ ਭਰਾ ਸੀ, ਜਿਵੇਂ ਸਾਡੇ ਕਿਸਾਨ ਭਰਾ ਨਾਲ ਬੈਠੇ ਆ, ਜਿਵੇਂ ਕੋਈ ਖੇਤੀਬਾੜੀ ਕਰਦੇ ਆ, ਉਹ ਮੈਨੂੰ ਬਾਹਰ ਹੀ ਮਿਲੇ ਸੀ ਵੀ ਤੁਸੀਂ ਇਹ ਗੱਲ ਜ਼ਰੂਰ ਕਰਿਓ ਵੀ ਗੌਰਮੈਂਟ ਦੀ। ਮੈਂ ਉਚੇਚੇ ਤੌਰ 'ਤੇ ਭਗਵੰਤ ਮਾਨ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਉਹਦਾ ਧੰਨਵਾਦ ਕਰਨਾ ਚਾਹੁੰਦਾ, ਜਿਹਨਾਂ 2 ਸਾਲ ਦੇ ਵਿੱਚ ਜਿਹੜੇ ਕਿਸਾਨ ਸਾਡੇ ਲਾਈਟ ਨਹੀਂ ਸੀ ਆਉਂਦੀ, ਰਾਤ ਨੂੰ ਵੀ ਉਹ ਮੋਟਰਾਂ 'ਤੇ ਬੈਠੇ ਰਹਿੰਦੇ ਸੀ। ਅੱਜ ਉਹਨਾਂ ਦਾ ਜਿਹੜਾ ਪਹਿਲਾਂ ਡੀਜ਼ਲ ਘੱਟੋ ਘੱਟ ਕਿਤੇ 1000 ਡੀਜ਼ਲ ਲੱਗ ਗਿਆ ਲੀਟਰ ਲੱਗ ਗਿਆ, ਕਿਤੇ 500 ਲੀਟਰ ਲੱਗ ਗਿਆ, ਅੱਜ ਉਹਨਾਂ 2 ਲੀਟਰ ਵੀ ਡੀਜ਼ਲ ਨਹੀਂ ਲੱਗਿਆ, ਅਤੇ ਇਹ ਵੀ ਬਹੁਤ ਵੱਡਾ ਬੈਨੀਫਿਟ ਸਾਡੇ ਕਿਸਾਨਾਂ ਨੂੰ ਹੈ। ਬਾਕੀ ਫਤਿਹਗੜ੍ਹ ਸਾਹਿਬ ਦੀ ਮੈਂ ਗੱਲ ਕਰਾਂ, ਅਤੇ ਫਤਿਹਗੜ੍ਹ ਬਹੁਤ ਵੱਡੀ ਇਤਿਹਾਸਕ ਧਰਤੀ ਆ, ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਅਤੇ ਕਹਿਣ ਦਾ ਮਤਲਬ ਇਹ ਧਰਤੀ ਜਿਹੜੀ ਬੜੀ ਸ਼ਾਂਤ ਵਾਲੀ ਧਰਤੀ ਹੈ। ਇੱਥੇ ਜਿਹੜਾ ਟੂਰਿਸਟ ਸਪੋਟ ਆਪਾਂ ਅਸੀਂ ਆਪਣੇ CM ਸਾਹਿਬ ਨੂੰ ਵੀ ਕਹਾਂਗੇ, ਕਿਉਂਕਿ ਕੁਛ ਜਿਹੜਾ ਹਿੱਸਾ ਹੋਊਗਾ ਪੰਜਾਬ ਸ਼ੇਰ ਦਾ, ਕੁਝ ਆਪਾਂ ਸੈਂਟਰ ਦਾ ਹਿੱਸਾ ਲੈ ਕੇ ਇੱਕ ਟੂਰਿਸਟ ਆਪਾਂ ਸਪੋਟ ਬਣਾਵਾਂਗੇ, ਤਾਂ ਕਿ ਲੋਕ ਦੂਰ ਦੁਰਾਡੇ ਤੋਂ ਆ ਕੇ ਜਿਹੜੀ ਜਗ੍ਹਾ ਸਾਰੀ ਸਾਲ ਸਾਰੀ ਉਹ ਇੱਥੇ ਮੱਥਾ ਟੇਕ ਕੇ ਜਾਣ। ਐਕਚੁਅਲੀ ਕੀ ਹੈ, ਉਹਨਾਂ ਦੀ 5 ਸਾਲ ਜਿਹੜੀ ਪਰਫੋਰਮੈਂਸ ਹੈ ਉਹ ਤੁਸੀਂ ਚੰਗੀ ਤਰ੍ਹਾਂ ਸਾਰੇ ਲੋਕ ਵੀ ਜਾਣਦੇ ਆ, ਤੁਸੀਂ ਦੇ ਕੇ ਅੱਠ ਵੇਖ ਰਹੇ, ਉਹ ਜਿਹੜਾ ਪ੍ਰੋਪਰ, ਕਿਉਂਕਿ ਉਹ ਬਿਊਰੋਕਰੇਟ ਸੀਗੇ, ਜਿਹੜਾ ਬੰਦਾ ਪੋਲੀਟੀਕਲ ਆਪਣਾ ਜੀਵਨ ਬਤਾਉਂਦਾ, ਉਹਦੀ ਜਿਹੜੀ ਕੰਮ ਕਰਨ ਦੀ ਤਰੀਕਾ ਹੁੰਦਾ ਉਹ ਡਿਫਰੈਂਟ ਹੁੰਦਾ। ਮੈਂ ਉਹੀ ਗੱਲ ਕੀਤੀ ਆ, ਜਿਹੜਾ ਟੂਰਿਸਟ ਸਪੋਟ ਹੋ ਗਿਆ, ਇੱਕ ਮੇਨ ਡਿਮਾਂਡ ਹੈਗੀ ਸਾਡੇ ਹੋਸਪਿਟਲ ਦੀ ਵੀ, ਇੱਥੇ ਜਿਵੇਂ PGI ਬਹੁਤ ਵੱਡਾ ਹੋਸਪਿਟਲ ਹੈ, ਉੱਥੇ ਹਰ ਪੇਸ਼ੈਂਟ ਚਲੇ ਜਾਂਦਾ, ਮਤਲਬ ਇੰਨਾ ਉੱਥੇ ਭੀੜ ਹੋ ਜਾਂਦੀ ਹੈ, ਅਤੇ ਉਹਦੇ ਨਾਲ ਜਿਹੜੇ ਪੇਸ਼ੈਂਟ ਹੈ ਕਈ ਵਾਰੀ ਇਗਨੋਰ ਵੀ ਹੋ ਜਾਂਦੇ ਆ, ਅਤੇ ਅਸੀਂ ਪਰਮਾਤਮਾ ਸ਼ੁਕਰ ਕਿ ਜਿਹੜੀ ਸਾਡੀ ਸਰਕਾਰ ਬਣਦੀ ਹੈ ਸੈਂਟਰ 'ਚ, ਜਿਹੜਾ ਅਸੀਂ ਘੱਟੋ ਘੱਟ 2000 ਬੈੱਡ ਦਾ ਤਾਂ 1500 ਬੈੱਡ ਦਾ ਜਿਹੜਾ ਹੋਸਪਿਟਲ ਹੈ ਇੱਕ ਸੈਂਟਰ ਜਗ੍ਹਾ 'ਤੇ, ਚਾਹੇ ਖੰਨਾ 'ਚ ਬਣ ਜਾਵੇ, ਚਾਹੇ ਸੁਨਾਲੇ ਬਣ ਜਾਵੇ, ਜਾਂ ਕਿਤੇ ਹੋਰ ਬਣ ਜਾਵੇ, ਅਸੀਂ ਇਹ ਜਗ੍ਹਾ ਲੈ ਕੇ ਇਹ ਚੀਜ਼ ਅਸੀਂ ਬਣਾਉਣਾ ਚਾਹੁੰਦੇ ਹਾਂ, ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ। ਜਿਵੇਂ ਤੁਸੀਂ ਪਹਿਲਾਂ ਕਾਂਗਰਸ ਸੀ, ਹੁਣ ਆਮ ਆਦਮੀ ਪਾਰਟੀ ਦਾ ਕਾਂਗਰਸ ਦੀ ਮੌਜੂਦਾ
ਕਾਂਗਰਸ ਜਿਹੜੀ ਪਿਛਲਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਅੱਜ ਉੱਥੇ ਕੋਈ ਇਹ ਨਹੀਂ, ਪੰਜ ਲੀਡਰ ਨੇ, ਹਰ ਬੰਦਾ ਮੁੱਖ ਮੰਤਰੀ ਬਣਨਾ ਚਾਹੁੰਦਾ। ਗੱਲ ਇਹ ਹੈ, ਚਲੋ ਮੈਂ ਇਲੈਕਸ਼ਨਾਂ ਵੀ ਲੜੀਆਂ ਤਾਂ ਇਲੈਕਸ਼ਨ ਦੇ ਉਹ ਟਿਕਟ ਵੀ ਦੇ ਦਿੰਦੇ ਆ, ਤਾਂ ਉਹ ਪਿੱਛੋਂ ਟੰਗਾ ਖਿੱਚਦੇ ਵੀ ਮੈਂ ਇਹਨੂੰ ਹਰਾਇਆ ਜਾਵਾਂ। ਚਾਹੇ ਕੋਈ ਜਿਵੇਂ ਅੱਜ ਕਾਸਟ ਦੀ ਗੱਲ ਕਰ ਲਈਏ, ਕਾਂਗਰਸ ਮੈਂ ਜੇ ਕਿਹਾ ਜੱਟ ਜੱਟ ਤੋਂ ਲੱਗ ਰਿਹਾ, ਹਿੰਦੂ ਹਿੰਦੂ ਤੋਂ ਲੱਗ ਰਿਹਾ, ਐਸਸੀ ਐਸਸੀ ਤੋਂ ਲੱਗ ਰਿਹਾ, ਅਤੇ ਕਹਿਣ ਦਾ ਮਤਲਬ ਇਹ ਚੀਜ਼ ਏਕਤਾ ਨਹੀਂ। ਅੱਜ ਕਿਉਂ ਵੱਡੇ ਵੱਡੇ ਲੀਡਰ ਆਪਣੇ ਆ ਰਹੇ ਕਾਂਗਰਸ ਦੇ, ਦੇਖੋ ਤੁਸੀਂ ਆਪਣੇ ਡਾਕਟਰ ਸਾਹਿਬ ਡਾਕਟਰ ਚੱਬੇਵਾਲ ਸਾਹਿਬ MLA ਛੱਡ ਕੇ ਆਇਆ, ਡਿਪਟੀ ਲੀਡਰ ਛੱਡ ਕੇ ਆਇਆ, ਉਹਨਾਂ ਨੇ ਦੇਖਿਆ ਉਹ ਬਾਕੀ ਭਗਵੰਤ ਮਾਨ ਜੀ ਸਰਕਾਰ 'ਚ ਉਹਨਾਂ ਨੂੰ ਇੱਕ ਲੱਗ ਰਿਹਾ ਵੀ ਆਪਾਂ ਇਹ ਸਰਕਾਰ ਲੋਕਾਂ ਦਾ ਬੈਨੀਫਿਟ ਕਰ ਰਹੀ ਹੈ, ਅਤੇ ਅੱਜ ਤਾਂ ਹੀ ਲੋਕ ਹੁਣ ਮੌਕੇ 'ਤੇ ਪਹੁੰਚਦੇ ਆ, ਅਤੇ ਅੱਜ ਸਾਰੇ ਚੋਅ ਹੈ। ਜਿਵੇਂ ਮੈਂ ਘੱਟੋ ਘੱਟ 6 ਹਲਕਿਆਂ ਜਾ ਚੁੱਕਾ, 9 ਹਲਕੇ ਪੈਂਦੇ ਆ, 6 ਹਲਕਿਆਂ ਜਿਵੇਂ ਅੱਜ ਸਮਰਾਲੇ ਦਾ ਵਰਕਰ ਸਾਡੇ MLA ਸਾਹਿਬ ਬੈਠੇ, ਜਗਜੀਵਨ ਜੀ ਬੈਠੇ ਆ, ਕਿਉਂਕਿ ਸਾਡੇ ਦਿਆਲਪੁਰਾ ਸਾਹਿਬ ਨੇ ਵਾਕਈ ਇੱਥੇ ਗ੍ਰਾਸਰੂਟ ਦੇ ਕੰਮ ਕੀਤੇ ਆ। ਜੇ ਮੈਂ ਗੱਲ ਕੀਤੀ ਹੈ 15 ਕਰੋੜ ਦੇ ਕਰੀਬ ਜਿੰਨੀਆਂ ਰੋਡ ਨੇ, 55 ਕਰੋੜ ਦੇ ਕਰੀਬ ਜਿਹੜੀਆਂ ਰੋਡਸ, ਚਾਹੇ ਉਹ ਬਿਜੀ ਵਾਲੀ ਰੋਡ ਹੋਵੇ, ਚਾਹੇ ਮਾਛੀ ਵਾਲੀ ਰੋਡ ਹੋਵੇ, ਚਾਹੇ ਅੰਦਰਲੀਆਂ ਰੋਡਾਂ ਹੋਣ, ਅਤੇ ਉਹਦੇ ਨਾਲ ਕਿਉਂਕਿ ਕੰਮ ਕੀਤਾ, ਅੱਜ ਲੋਕ ਖੁਸ਼ ਨੇ ਆਮ ਪਾਰਟੀ ਤੋਂ, ਅਤੇ ਆਉਣ ਵਾਲੇ ਟਾਈਮ 'ਚ 2 ਸਾਲਾਂ ਗੌਰਮੈਂਟ ਨੇ ਕੰਮ ਕੀਤਾ, ਜਿਹੜੀ ਆਉਣ ਵਾਲੀ ਪਲਾਨਿੰਗ ਹੈ ਉਹ ਸਾਡੇ ਮੁੱਖ ਮੰਤਰੀ ਦੇ ਬਹੁਤ ਵਧੀਆ, ਅਸੀਂ ਆਮ ਪਾਰਟੀ ਨੂੰ ਪੰਜਾਬ 'ਚ ਬਹੁਤ ਉੱਤੇ ਲੈ ਕੇ ਜਾਵਾਂਗੇ। ਨਹੀਂ ਜੀ, ਕੋਈ ਇੱਦਾਂ ਨਹੀਂ ਹੁੰਦਾ ਜੀ, ਗੱਲ ਇਹ ਜਿਹੜਾ ਪੋਲੀਟੀਕਲ ਬੰਦਾ ਹੁੰਦਾ ਉਹਨੇ ਸੇਵਾ ਕਰਨੀ ਹੈ, ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਤੋਂ ਕਰੇ, ਅਤੇ ਇਹਨਾਂ ਦੇਖਿਆ ਕਿਉਂਕਿ 70 ਸਾਲ ਦੇ ਕਰੀਬ ਦੇਸ਼ ਆਜ਼ਾਦ ਨੂੰ ਹੋ ਗਏ, ਪਰ ਇਹਨਾਂ ਦੋਨਾਂ ਪਾਰਟੀਆਂ ਨੇ ਜਿਹੜਾ ਪੰਜਾਬ 'ਚ ਕੋਈ ਕਾਸ ਕੀਤਾ ਨਹੀਂ, 2 ਸਾਲ ਜੋ ਆਮ ਪਾਰਟੀ ਨੇ ਕਰ ਦਿਖਾਇਆ, ਅੱਜ ਲੋਕ ਪੂਰੇ ਖੁਸ਼ ਨੇ ਪੰਜਾਬ ਦੇ, ਤਾਂ ਹੀ ਅਸੀਂ ਡਲੇ ਹਾਂ, ਅਤੇ ਸਾਨੂੰ ਉਮੀਦ ਹੈ ਆਉਣ ਵਾਲੇ ਟਾਈਮ 'ਚ 13 ਦੇ 13 ਸੀਟਾਂ ਵੀ ਜਿੱਤਾਂ। ਅਕਾਲੀ ਦਲ ਨੂੰ ਵੀ ਚੰਗੀ ਤਰ੍ਹਾਂ ਲੋਕ ਜਾਣਦੇ ਨੇ, ਆ ਸਾਡੇ ਬੈਠੇ ਅਖੀਰੀਆਂ ਸਾਹਿਬ, ਇਹ ਵੀ ਅਕਾਲੀ ਦਲ 'ਚ ਰਹੇ ਆ, ਕਿਉਂਕਿ ਇਹ ਸਹੀ ਮਿਹਨਤ, ਇਹ ਵੀ ਤੁਹਾਨੂੰ ਬਾਅਦ 'ਚ ਦੱਸ ਦੇਣਗੇ, ਕਿਉਂ ਇਹਨਾਂ ਨੇ ਬੋਲਣਾ, ਆਪਣੇ MLA ਸਾਹਿਬ ਦਿਆਲਪੁਰਾ ਸਾਹਿਬ ਨੇ ਬੋਲਣਾ, ਕਿਉਂਕਿ ਮੇਰੀ ਅਗਲੀ ਮੀਟਿੰਗ ਮੈਂ ਉੱਥੇ ਜਾਣਾ। ਮੈਂ ਤੁਹਾਡਾ ਸਾਰਿਆਂ ਨੂੰ ਧੰਨਵਾਦ ਕਰਦਾ, ਅਤੇ ਪਰਮਾਤਮਾ ਸੁੱਖ ਰੱਖੇ, ਜਿਹੜੀਆਂ ਚੋਣਾਂ ਸਾਡੀ 1 ਜੂਨ ਨੂੰ ਆਉਣੀਆਂ, ਅਤੇ ਅਸੀਂ ਲੋਕ ਸਭਾ ਦੇ ਤੋਂ ਵੱਧ ਤੋਂ ਵੱਧ ਜਿੱਤੀਏ। ਥੈਂਕ ਯੂ। ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ, ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਜਿਨ੍ਹਾਂ ਨੇ ਸਾਨੂੰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਬਹੁਤ ਹੀ ਵਧੀਆ ਉਮੀਦਵਾਰ, ਸੁਲਝੇ ਹੋਏ, ਇਮਾਨਦਾਰ, ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਸਰਦਾਰ ਗੁਰਪ੍ਰੀਤ ਸਿੰਘ GP ਜੀ ਨੂੰ ਉਮੀਦਵਾਰ ਬਣਾ ਕੇ ਸਾਡੇ ਕੋਲ ਭੇਜਿਆ। ਅੱਜ ਤੁਸੀਂ ਦੇਖ ਰਹੇ ਹੋ ਕਿ ਸਮਰਾਲੇ ਹਲਕੇ ਦੇ ਵਿੱਚ ਸਰਦਾਰ ਜਗਤਾਰ ਸਿੰਘ ਜੀ ਦਿਆਲਪੁਰਾ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਉਹਨਾਂ ਦੇ ਦਫ਼ਤਰ ਵਿਖੇ ਬਹੁਤ ਵੱਡਾ ਇਕੱਠ ਹੋਇਆ। ਇਹ ਮੈਂ ਸਮਝਦਾ ਕਿ ਸਾਡੇ ਅਹੁਦੇਦਾਰ ਸਾਹਿਬਾਨ, ਬਲਾਕੀਰ ਸਾਹਿਬਾਨ, ਸਾਰੇ ਸੰਸਥਾਵਾਂ ਦੇ ਆਗੂ ਸਾਹਿਬਾਨ, ਚੇਅਰਮੈਨ ਸਾਹਿਬਾਨ ਸਾਰੇ ਇਕੱਠੇ ਹੋਏ ਸਨ, ਔਰ ਲੋਕਾਂ ਨੇ ਵਿਸ਼ਵਾਸ ਦਵਾਇਆ ਕਿ ਜਿਸ ਤਰ੍ਹਾਂ ਪਹਿਲਾਂ 2022 ਦੀਆਂ ਚੋਣਾਂ ਦੇ ਵਿੱਚ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ, ਉਹਦੇ ਵਿੱਚ ਵੱਡਾ ਫਤਵਾ ਜਿਹੜਾ ਪੰਜਾਬ ਦੇ ਲੋਕਾਂ ਨੇ ਦਿੱਤਾ ਸੀ, ਸਮਰਾਲੇ ਹਲਕੇ ਦੇ ਲੋਕਾਂ ਨੇ ਦਿੱਤਾ ਸੀ, ਉਸ ਤੋਂ ਵੀ ਵੱਡਾ ਜਿਹੜਾ ਫਤਵਾ ਉਹ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਇੱਥੋਂ ਜਿਤਾ ਕੇ ਵੱਡੀ ਭਾਰੀ ਬਹੁਮਤ ਦੇ ਨਾਲ ਅਸੀਂ ਪਾਰਟੀ ਦੀ ਝੋਲੀ ਦੇ ਵਿੱਚ ਸ਼ਾਮਲ ਹੋਏ। ਮੈਂ ਸਮਝਦਾ ਕਿ ਤੁਹਾਡੇ ਸਾਹਮਣੇ ਗੁਰਪ੍ਰੀਤ ਸਿੰਘ GP ਜੀ ਉਹ ਇਸ ਪਾਰਟੀ ਦੇ ਵਿੱਚ ਰਹੇ ਨੇ, ਔਰ ਤੁਸੀਂ ਵੀ ਆਪ ਵੀ ਕਹਿੰਦੇ ਹੋ ਅਤੇ ਲੋਕ ਵੀ ਕਹਿੰਦੇ ਨੇ, ਕਿਉਂਕਿ ਜਿਹੜੇ ਅਫਸਰਸ਼ਾਹੀ ਹੁੰਦੀ, ਅਫਸਰਸ਼ਾਹੀ ਆਪਾਂ ਨੂੰ ਪਤਾ ਕਿ ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਹੋਰ ਹੁੰਦਾ, ਜਿਹੜਾ ਕੋਈ ਸਮਾਜ ਸੇਵਕ ਹੋਵੇ, ਕੋਈ ਪਾਰਟੀ ਦਾ ਵਰਕਰ ਹੋਵੇ, ਉਹਨਾਂ ਦਾ ਕੰਮ ਕਰਨ ਦਾ ਢੰਗ ਤਰੀਕਾ ਹੋਰ ਹੁੰਦਾ।
ਉਹਨਾਂ ਦਾ ਫਰਕ ਆ ਬਹੁਤ ਜ਼ਿਆਦਾ, ਕਿਉਂਕਿ ਉਹ ਸਮਰਾਲੇ ਹਲਕੇ ਦੇ ਵਿੱਚ ਨਾ ਆਪਣੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਸਾਰੇ ਜਿਹੜੇ ਹਲਕੇ ਨੇ ਨੌ ਦੇ ਨੌ, ਉਹ ਸਾਰੀ ਇਹ ਕਹਿ ਰਹੇ ਨੇ, ਉਹਨਾਂ ਦੇ ਪਾਰਟੀ ਦੇ ਵਰਕਰ ਵੀ ਕਹਿ ਰਹੇ ਨੇ, ਆਪ ਤਾਂ ਦੂਜੀ ਪਾਰਟੀ ਦਾ ਕਹਿ ਰਹੇ ਹੁੰਦਾ ਕਿ ਸਾਨੂੰ ਉਮੀਦਵਾਰ ਨਹੀਂ ਚਾਹੀਦਾ। ਆ ਦੋ ਤਿੰਨ ਦੇਖਿਆ ਕਿ ਫਤਿਹਗੜ੍ਹ ਸਾਹਿਬ ਤੋਂ ਲੋਕਾਂ ਨੇ ਕਿਹਾ ਉਹਨਾਂ ਦੇ ਵਰਕਰਾਂ ਨੇ ਵੀ ਸਾਨੂੰ ਇਹ ਉਮੀਦਵਾਰ ਨਹੀਂ ਚਾਹੀਦਾ, ਕੋਈ ਹੋਰ ਉਮੀਦਵਾਰ ਚਾਹੀਦਾ। ਸੋ ਮੇਰਾ ਕਹਿਣ ਤੋਂ ਭਾਵ ਆ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਜੀ ਪੀ ਜੀ ਦੀ ਇਹਨਾਂ ਦੀ ਮੈਂ ਗੱਲ ਕੀਤੀ ਹੈ, ਕਿਉਂਕਿ ਮੈਂ ਇਹਨਾਂ ਨੂੰ ਲੰਬੇ ਸਮੇਂ ਤੋਂ ਜਾਣਦਾ। ਇਹਨਾਂ ਨੇ ਮੈਂ ਸਮਝਦਾ ਕਿ ਥੱਲਿਓ ਹੋ ਕੇ ਇਹ ਲੀਡਰ ਬਣੇ ਨੇ, ਪਹਿਲਾਂ ਕੋਈ ਕੌਂਸਲਰ ਬਣੇ ਨੇ, ਫਿਰ ਇਹ ਯੂਥ ਦੇ ਪ੍ਰਧਾਨ ਬਣੇ ਨੇ, ਫਿਰ ਇਹ ਐੱਮ ਐੱਲ ਏ ਦੀ ਦੋ ਤਿੰਨ ਇਲੈਕਸ਼ਨਾਂ ਲੜੀਆਂ ਨੇ, ਇਹਨਾਂ ਨੇ ਐੱਮ ਐੱਲ ਏ ਬਣੇ ਨੇ। ਸੋ ਮੇਰਾ ਕਹਿਣ ਤੋਂ ਭਾਵ ਆ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੁੰਦੇ ਨੇ। ਸੋ ਬਹੁਤ ਵਧੀਆ ਸਾਡੇ ਵਰਕਰ ਨੇ, ਬਹੁਤ ਵਧੀਆ ਮੈਂ ਸਮਝਦਾ ਇਹ ਲੋਕਾਂ ਦੇ ਕੰਮ ਕਰ ਕਰ ਵਿਧਾਇਕ ਰਹੇ ਹੋ, ਤੁਹਾਡਾ ਤੇ ਬਹੁਤ ਵੱਡਾ ਵੋਟ ਬੈਂਕ, ਕੀ ਤੁਸੀਂ ਰਣਨੀਤੀ ਤਿਆਰ ਕੀਤੀ ਹੈ ਕਿ ਜੋ ਆਉਣ ਵਾਲੀ ਲੋਕ ਸਭਾ ਚੋਣਾਂ? ਅਸੀਂ ਜੀ ਲੋਕਾਂ ਤੋਂ ਜਿਹੜਾ ਜਾ ਰਹੇ ਅਸੀਂ ਦੋ ਸਾਲਾਂ ਦੇ ਵਿੱਚ ਜੋ ਪਾਰਟੀ ਨੇ ਗਰੰਟੀਆਂ ਦਿੱਤੀਆਂ ਸਨ ਉਹਦੇ 'ਚੋਂ ਕਾਫੀ ਪੂਰੀਆਂ ਕਰ ਵੀ ਦਿੱਤੀਆਂ ਗਈਆਂ ਨੇ, ਹੋਰ ਵੀ ਕਰਨ ਦੀ ਲੋੜ ਆ। ਕਿਉਂਕਿ ਜਿਵੇਂ ਪਹਿਲਾਂ ਗੱਲ ਕੀਤੀ ਗਈ ਹੈ ਸੜਕਾਂ ਦੀ ਗੱਲ ਕੀਤੀ ਗਈ ਆ, ਮਹਿਲਾ ਕਲੀਨਿਕ ਦੀ ਗੱਲ ਕੀਤੀ ਗਈ ਆ, ਲੋਕਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਵਾਲੀ ਗੱਲ ਕੀਤੀ ਗਈ ਆ, ਕਿਸਾਨਾਂ ਨੂੰ ਮੋਟਰਾਂ ਦੇ ਜਿਹੜੇ ਲੈਟ ਆ ਰਹੀ ਆ ਉਹਨਾਂ ਦੀ ਗੱਲ ਕੀਤੀ ਗਈ ਆ, ਹਸਪਤਾਲਾਂ ਦੀ ਗੱਲ ਕੀਤੀ ਗਈ ਆ, ਸਕੂਲਾਂ ਦੀ ਗੱਲ ਕੀਤੀ ਗਈ ਆ। ਇਹ ਸਾਰੇ ਮੁੱਦੇ ਜਿਹੜੇ ਅਸੀਂ ਲੈ ਕੇ ਲੋਕਾਂ ਕੋਲ ਜਾਵਾਂਗੇ। ਅਸੀਂ ਘਰ ਘਰ ਡੋਰ ਟੂ ਡੋਰ ਸ਼ੁਰੂ ਕੀਤਾ ਹੈ ਪਹਿਲਾਂ ਹੀ, ਤਾਂ ਕਿ ਲੋਕਾਂ ਨੂੰ ਅਸੀਂ ਲੋਕ ਕਹਿੰਦੇ ਸਾਨੂੰ ਪਤਾ, ਕਿਉਂਕਿ ਲੋਕਾਂ ਦੇ ਜਿਹੜਾ ਪੰਜ ਪੰਜ ਸੱਤ ਹਜ਼ਾਰ ਰੁਪਇਆ ਮਹੀਨੇ ਦਾ ਜੇਬ ਦੇ ਵਿੱਚ ਆਉਂਦਾ ਜਿਹੜਾ ਬਿਜਲੀ ਮਾਫੀ ਵਾਲੀ ਗੱਲ ਆ, ਤਾਂ ਮੈਂ ਸਮਝਦਾ ਉਹਦੇ 'ਚ ਬਹੁਤ ਲੋਕ ਖੁਸ਼ ਨੇ ਕਿ ਪਹਿਲਾਂ ਕਦੇ ਨਹੀਂ ਹੋਇਆ। ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ? ਮੈਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਦੋ ਸਾਲ ਪਹਿਲਾਂ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਹੁਤ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ 92 ਐੱਮ ਐੱਲ ਏ ਜਿੱਦਾਂ ਕਿ ਇੱਥੋਂ ਸਰਕਾਰ ਬਣਾਈ ਸੀ, ਇਸੇ ਤਰ੍ਹਾਂ 13 ਦੇ 13 ਉਮੀਦਵਾਰ ਨੇ ਜਿਹੜੇ ਸਾਡੇ ਲੋਕ ਸਭਾ ਲਈ ਚੋਣਾਂ ਲੜਨਗੇ ਉਹਨਾਂ ਨੂੰ ਅਸੀਂ ਭਾਰੀ ਬਹੁਮਤ ਦੇ ਨਾਲ ਜਿਤਾਈਏ। ਆਪਾਂ ਇੱਕ ਵੋਟ ਆ ਜਿਹੜੀ ਉਹ ਆਮ ਆਦਮੀ ਪਾਰਟੀ ਚੋਣ ਨਿਸ਼ਾਨ ਝਾੜੂ 'ਤੇ ਪਾ ਕੇ ਫਿਰ ਉਹਨੂੰ ਆਪਾਂ ਜਿਤਾਈਏ। ਤੁਹਾਡਾ ਪੱਤਰਕਾਰ ਭਾਈਚਾਰੇ ਦਾ ਸਾਰੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਲੋਕ ਸਭਾ ਹਲਕਾ ਫਤਿਹਗੜ੍ਹ ਦੀ ਜਿਹੜੀ ਟਿਕਟ ਆ ਉਹ ਗੁਰਪ੍ਰੀਤ ਜੀ ਪੀ ਸਾਹਿਬ ਲੜਨਗੇ ਆਮ ਆਦਮੀ ਪਾਰਟੀ ਵੱਲੋਂ। ਅੱਜ ਇੱਕ ਵਰਕਰ ਮਿਲਣੀ ਸੀਗੀ, ਇੱਕ ਪਰਿਵਾਰ ਦੇ ਤੌਰ 'ਤੇ ਸਾਰੇ ਨੇ, ਇੱਕ ਉਹਨਾਂ ਨਾਲ ਮੰਨ ਲਓ ਇਹੀ ਸੀ ਵੀ ਫਸਟ ਮਿਲਣੀ ਸੀਗੀ ਅਤੇ ਉਹ ਆਏ ਅਤੇ ਵੈਲਕਮ ਕੀਤਾ ਉਹਨਾਂ ਨਾਲ। ਦੇਖੋ ਥੋੜ੍ਹੇ ਮੁਰੇ ਹੀ ਆਈ ਹੈ ਨਾ, ਪਿਛਲੇ 4.5 ਸਾਲ ਜੇ ਆਪਾਂ ਗੱਲ ਦੇਖੀਏ, ਲਾਸਟ ਟਾਈਮ 6 ਮਹੀਨੇ ਦਾ ਜ਼ਰੂਰ ਸਰਗਰਮ ਰਹੇ ਨੇ, ਪਰ ਉਹ ਤੋਂ ਪਹਿਲਾਂ ਉਹ ਹਲਕੇ 'ਚ ਆ ਕੇ ਬੜੇ ਵੀ ਨਹੀਂ ਹੈਗੇ। ਜਿਵੇਂ ਪਿਛਲੀ ਵਾਰ ਤੁਹਾਨੂੰ ਪਤਾ ਹੀ ਆ ਵੀ ਜਿੰਨਾ ਵੀ ਰੁਪਈਆ ਉਹ ਲਗਭਗ ਆਪਣੇ ਪੁੱਤ ਦੇ ਮੂੰਹ ਦੇ ਵਿੱਚ ਕਹਿ ਲਈਏ ਵੀ ਸਾਰੇ ਦਾ ਸਾਰਾ ਰੁਪਈਆ ਉਹਨੇ ਰਾਏਕੋਟ ਤੋਂ ਮਤਲਬ ਸ਼ਾਇਦ ਲੜੇ ਸੀਗੇ, ਉਹਦਾ ਬੇਟਾ ਉੱਥੇ ਢੋਇਆ ਉਹਨਾਂ ਨੇ। ਬਾਕੀ ਹਲਕੇ ਨੂੰ ਤਾਂ ਆਪਾਂ ਸਮਝ ਹੀ ਨਹੀਂ ਹੈਗਾ, ਜਦੋਂ ਹਲਕਿਆਂ ਨੂੰ ਆਪਣਾ ਨਹੀਂ ਸਮਝਿਆ ਤਾਂ ਹਲਕੇ ਕਿਉਂ ਨੂੰ ਆਪਣਾ ਸਮਝਣਗੇ? ਠੀਕ ਹੈ। ਦੇਖੋ ਵਿਰੋਧੀਆਂ ਨੂੰ ਤਾਂ ਅਸੀਂ ਨੌਕਰੀ ਇਹੀ ਦਿੱਤੀ ਹੋਈ ਆ ਵੀ ਸਾਨੂੰ ਨਿੰਦੋ ਜਨਾ ਨਿੰਦੋ ਦਾ, ਕਿਉਂ ਕੰਮ ਉਹਨਾਂ ਕੋਲ ਇਹੀ ਹੋਰ ਤਾਂ ਕੰਮ ਨਹੀਂ ਹੈ, ਰੱਬ ਦੱਸ ਦੋ ਅਸੀਂ ਤਿੰਨ ਕੰਮ ਕਰਦੇ ਨੇ, ਉਹਨਾਂ ਕੋਲ ਨਿੰਦਣ ਤੋਂ ਬਗੈਰ ਕੋਈ ਗੱਲ ਨਹੀਂ ਆਉਂਦੀ। ਪਰ ਸਾਡੇ ਅਸੀਂ ਕੰਮਾਂ ਦੇ ਆਧਾਰ 'ਤੇ ਪਿੰਡਾਂ 'ਚ ਜਾਣਾ ਅਤੇ ਜਿਹੜੀ 2 ਸਾਲ ਦੀ ਕਾਰਜਕਾਰੀ ਦੇ ਸਿਰ 'ਤੇ 13 ਦੀ 3 ਸੀਟਾਂ ਜਿੱਤ ਕੇ ਮਤਲਬ ਸਾਰੀ। ਦੇਖੋ ਜੀ ਲੋਕਾਂ ਨੂੰ ਇਹੀ ਦਿਖਾਉਣਾ ਵੀ ਜਿਹੜੇ 2 ਸਾਲ ਦੇ ਸਾਡੇ ਕੰਮਕਾਰ ਨੇ ਉਹਨਾਂ ਦੇ ਸਿੱਤੇ ਪਾਰਟੀ ਚੋਣ ਲੜ ਰਹੀ ਹੈ, ਤੁਹਾਨੂੰ ਪਤਾ ਹੈ। ਤੁਸੀਂ ਆਪ ਪਿੰਡਾਂ ਜਾ ਕੇ ਪੁੱਛੋ, ਜੇ ਬਿਜਲੀ ਦੀ ਗੱਲ ਕਰੀਏ ਅੱਗੇ ਕਿਸਾਨਾਂ ਦੀ ਗੱਲ ਕਰੀਏ ਵੀ ਬਿਜਲੀ ਇੰਨੀ ਘੱਟ ਆਉਂਦੀ, ਘੱਟੋ ਘੱਟ ਹਰੇਕ ਪਰਿਵਾਰ ਦਾ ਮਤਲਬ 50,000 60,000 ਜਾਂ 70,000 ਆਮ ਤੇ ਲੱਗਦਾ ਸੀਗਾ, ਅਤੇ ਬਿਜਲੀ ਫੁੱਲ ਆਉਂਦੀ ਆ ਅਤੇ ਟਾਈਮ ਸਿਰ ਆਉਂਦੀ ਆ, ਰਾਤਾਂ ਨਹੀਂ ਝੱਕਣੀਆਂ ਪੈਂਦੀਆਂ ਹੈਗੀਆਂ। ਅਤੇ ਬੇੜ ਦੇ ਪਿੰਡਾਂ ਵਿੱਚ ਜਦੋਂ ਵੀ ਚਾਹੀਦੀ ਆ ਸਿਫਤਾਂ ਕਰਦੇ ਨੇ ਕਿਸਾਨ, ਆਪ ਮੂਹਰੇ ਹੋ ਕੇ ਬੋਲਦੇ ਨੇ। ਜੇ ਆਪਾਂ ਪਰਿਵਾਰਾਂ ਦੀ ਗੱਲ ਕਰੀਏ, ਜੀਰੋ ਬਿਜਲੀ ਬਿੱਲ ਦੀ ਗੱਲ ਕਰੀਏ, ਉਹ 80% ਪਰਿਵਾਰਾਂ ਦਾ ਬਿੱਲ ਸਹੀ ਆਪਣੇ ਜੀਰੋ ਆ ਰਿਹਾ ਜੀ। ਅਤੇ ਉਹ ਮਤਲਬ ਸਭ ਤੋਂ ਵੱਡੀ ਗੱਲ ਤਾਂ ਹੈਗੀ ਆ, ਜਦੋਂ ਤੁਸੀਂ ਇਹ ਤੁਸੀਂ ਗੱਲ ਕਰੋਗੇ ਉਹ
ਸਾਰੇ ਪਰਿਵਾਰਾਂ ਵਿੱਚ ਅਕਾਲੀ ਦਲ ਜਿਹੜੇ ਸਾਨੂੰ ਭੰਡਦੇ ਨੇ ਉਹਨਾਂ ਦਾ ਵੀ ਜੀਰੋ ਆਉਂਦਾ, ਉਹਨੂੰ ਪੁੱਛਿਓ ਵੀ ਪਹਿਲਾਂ ਜੀਰੋ ਕਦੇ ਬੁਲਾਇਆ ਸੀਗਾ। ਇਹ ਗੱਲਾਂ ਨੇ ਜਿਹੜੀਆਂ ਬਾਕੀ ਜਿੰਨੀਆਂ ਵੀ ਗੱਲ ਕਰੀ ਇਸ 'ਤੇ ਆਪਾਂ ਸਭ ਤੋਂ ਵੱਡੀ ਗੱਲ ਮੈਂ ਸਮਰਾਲੇ ਦੀ ਕਰੂੰਗਾ, ਹਸਪਤਾਲ 'ਚ ਜਾ ਕੇ ਦੇਖੋ ਜਿਹੜੀ OPD ਆ, ਜਿਹੜੀ OPD ਦੇ ਵਿੱਚ ਵਾਧਾ ਹੋਇਆ ਅਤੇ ਇਸ ਚੀਜ਼ ਦੇ ਉੱਪਰ ਮੋਹਰ ਲੱਗਦੀ ਆ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਸਰਕਾਰ ਦੇ ਉੱਪਰ ਬਹੁਤ ਜ਼ਿਆਦਾ ਬਣਿਆ, ਅਤੇ ਜਿਹੜੀਆਂ ਹੁਣ ਦਵਾਈਆਂ ਮੁਫ਼ਤ ਮਿਲਦੀਆਂ ਨੇ ਉਹ ਸਾਰੀ ਚੀਜ਼ ਦੇਖਦੇ OPD ਤਾਂ ਹੀ ਵਧੂਗੀ ਜੇ ਲੋਕਾਂ ਦਾ ਵਿਸ਼ਵਾਸ ਵਧੂਗਾ। ਦੇਖਿਆ ਜਾਵੇ ਜਿਵੇਂ ਕਿ BJP ਨਾਲ ਅਕਾਲੀ ਦਲ ਨੇ ਆਪਣਾ ਜੋ ਗਠਬੰਧਨ ਸੀ ਸਾਰੇ ਦੋ ਦਿਨ ਤੋੜ ਲਿਆ, ਪਰ ਹੁਣ ਜਿਹੜੀ ਅਫਵਾਹ ਆ ਰਹੀ ਹੈ ਵੀ ਗਠਬੰਧਨ ਫਿਰ ਦੁਬਾਰਾ ਤੋੜ ਰਿਹਾ, ਇਹ ਤੋੜ ਰਿਹਾ। ਦੇਖੋ ਉਹਨਾਂ ਦਾ ਆਪਣੇ ਉਹ ਨੇ ਹੈ ਨਾ, ਆਪਾਂ ਇਹਨੂੰ ਕੀ ਕਹੀਏ, ਪਰ ਇਹ ਆਪਾਂ ਨੂੰ ਭਾਜਪਾ ਦਾ ਪਤਾ ਵੀ ਉਹ ਕਿਸਾਨ ਵਿਰੋਧੀ ਹੈਗੀ ਆ, ਜੋ ਕੁਛ ਵੀ ਆ ਜੇ ਇਹੋ ਜਿਹਾ ਕੁਛ ਰਲ ਕੇ ਬਾਦਲ ਰਲਣਗੇ ਉਹਨਾਂ ਨਾਲ ਹੈ ਨਾ, ਤਾਂ ਨੁਕਸਾਨ ਪੰਜਾਬ ਦੀ ਜਨਤਾ ਵੱਲੋਂ ਉਹਨਾਂ ਦਾ ਹੋਣਾ ਹੋਣਾ ਹੀ ਆ, ਆਪਣੇ ਵੋਟਾਂ ਵਿੱਚ ਇਹ ਤੈਅ ਆ ਵੀ ਜਿਹੜੀਆਂ ਆਉਣ ਵਾਲੀਆਂ ਵੋਟਾਂ ਨੇ ਲੋਕ ਬੁਰੀ ਤਰ੍ਹਾਂ ਹਰਕ ਭੇਜਣਗੇ ਉਹਨਾਂ ਨੂੰ। ਦੇਖੋ ਜੀ ਪੰਜਾਬ ਦੇ ਵਿੱਚ ਸਟਰੋਂਗ ਹੋ ਕੇ ਉੱਭਰ ਕੇ ਆਉਣਾ ਇਹ ਤਾਂ ਸੁਪਨੇ ਨੇ ਉਹਨਾਂ ਦੇ, ਇਹ ਤਾਂ ਕਦੇ ਹੋ ਨਹੀਂ ਸਕਦਾ ਹੈਗਾ, ਅਤੇ ਪੰਜਾਬ ਦੇ ਲੋਕ ਕਦੇ ਮੂੰਹ ਨਹੀਂ ਲਾਉਣਗੇ, ਕਿਉਂਕਿ ਜੋ ਕੁਛ ਉਹਨਾਂ ਪੰਜਾਬ ਦੀ ਕਿਸਾਨੀ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਕੀਤਾ, ਜੋ ਧੱਕਾ ਕਰ ਰਹੇ ਨੇ ਇਹ ਸਾਰਾ ਜੱਗ ਜ਼ਾਹਿਰ ਆ। ਦੇਖੋ ਮੁੱਦੇ ਦਾ ਤੁਹਾਨੂੰ ਇਹਦੇ ਮੁੱਦੇ ਦਾ ਅਸੀਂ ਖਤਮ ਕਰਨ ਲੱਗੇ ਹੋਏ ਹਾਂ, ਮੁੱਦੇ ਤਾਂ ਹੈ ਹੀ ਨਹੀਂ, ਜਿਹੜੇ ਪਿਛਲੀਆਂ ਸਤੀ ਗੱਲ ਕਰਦੇ ਹਾਂ ਗਰੰਟੀਆਂ ਕੀਤੀਆਂ ਦੀ ਉਹ ਪੂਰੀਆਂ ਕਰਨ ਲੱਗੇ ਹਾਂ, ਜਿਹੜੀਆਂ ਰਹਿ ਗਈਆਂ ਉਹ ਪੂਰੀਆਂ ਹੋ ਜਾਣਗੀਆਂ, ਹਜੇ ਸਾਨੂੰ ਸਿਰਫ 2 ਸਾਲ ਹੋਏ ਨੇ, ਅਤੇ 2 ਸਾਲ ਦੀ ਜਿਹੜੀ ਕਾਰਜਕਾਰੀ ਆ ਉਹਦੇ ਸਿਰ 'ਤੇ ਪਾਰਟੀ ਚੋਣ ਲੜੂਗੀ। ਦੇਖੋ ਮੈਂ ਬਾਰ ਬਾਰ ਤੁਸੀਂ ਸਾਰੇ ਮੇਰੇ ਭਰਾ, ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿੰਨਾ ਰੁਪਈਆ ਪਿਛਲੇ ਸਾਲਾਂ ਸੜਕਾਂ ਦੇ ਸੰਬੰਧ 'ਚ ਮੈਂ ਪਹਿਲਾਂ ਵੀ ਦੱਸਿਆ ਦੇ ਸੋਨਾਲੀ ਮੈਂ 55 ਕਰੋੜ ਦੇ ਲਗਭਗ ਰੁਪਈਆ ਆਉਣਾ, ਅਤੇ ਹੁਣ ਵੀ ਦੱਸਿਆ ਮੈਂ ਤੁਹਾਨੂੰ 5 ਕਰੋੜ ਦੀਆਂ ਸੜਕਾਂ ਗਾਹ ਵਾਸਤੇ ਵੀ ਆਉਣੀਆਂ, ਜਿਹੜੀਆਂ ਸੜਕਾਂ ਇਹਨਾਂ ਤੋਂ 15-15, 20-20 ਸਾਲ ਨਹੀਂ ਬਣੀਆਂ, ਉਹ ਪਹਿਲੇ ਸਾਲ 'ਚ ਆ ਕੇ ਬਣਾਉਣੀਆਂ, ਠੀਕ ਆ, ਇਹ ਸਾਡੀ ਕਾਰਜਕਾਰੀ ਆ। ਅਤੇ ਜਿੱਥੇ ਗੱਲ ਕਰਾਂ ਮੈਂ ਸ਼ਹਿਰ ਵਾਲੀ ਗੱਲ, ਮੈਂ ਖੁਦ ਮੀਟਿੰਗ 2 ਵਾਰ ਕਹਿ ਕੇ ਆਇਆ ਵੀ 2 ਕਰੋੜ 3 ਕਰੋੜ ਦਾ ਜਿਹੜੇ ਕੰਮ ਚਾਲੂ ਕਰਾਉਣੇ ਨੇ ਕਰਾਓ, ਰੁਪਈਆ ਮੈਂ ਆਪ ਲੈ ਕੇ ਆਊਂਗਾ, ਮੈਂ ਆਪੇ ਪ੍ਰਬੰਧ ਕਰੂੰਗਾ। ਪਰ ਪਤਾ ਨਹੀਂ ਕਿ ਇੱਕ ਪਾਰਸਲੀ ਗੱਲ ਆ ਉੱਥੇ ਦਾਲਾਂ ਮੰਡੀ ਵਾਲੀ, ਮੈਂ ਖੁਦ ਕਹਿ ਕੇ ਆਇਆ। ਦੇਖੋ ਹੁਣ ਜੇ ਮੈਂ ਗੱਲ ਕਰੂੰਗਾ ਸ਼ਾਇਦ ਇਹ ਲੱਗਣਾ ਵੀ ਇਲਜ਼ਾਮ ਨੇ, ਮੈਂ ਤਾਂ ਕਹਿੰਦਾ ਵੀ ਕਿਸੇ ਦਿਨ ਬਰਾਬਰ ਬਿਠਾ ਕੇ ਸਾਡੀ ਇੰਟਰਵਿਊ ਕਰ ਦਿਓ, ਮੈਂ ਕਹਿਣ ਲਈ ਤਿਆਰ ਹਾਂ। ਮੈਂ ਪਾਰਟੀ ਬਾਜੀ ਨੂੰ ਬਾਕੀ ਸਾਈਡ 'ਤੇ ਰੱਖ ਕੇ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਕਹਿ ਸਕਦਾ, ਪਰ ਇਹਨਾਂ ਦੀ ਮਾਸ਼ਾ ਤੁਸੀਂ ਦੇਖੋ, ਮਸ਼ਹੂਰ ਨੂੰ ਦੇਖੋ, ਮਸ਼ਹੂਰ ਜੇ ਕੰਮ ਹੁੰਦੇ ਨੇ ਉੱਥੇ ਕਿਉਂ ਹੁੰਦੇ ਨੇ, ਅਤੇ ਇੱਥੇ ਕਿਉਂ ਨਹੀਂ ਹੁੰਦੇ, ਕਾਰਨ ਕੀ ਆ? ਉਹਦੇ ਪਿੱਛੇ ਕਾਰਨ ਆ, ਮੈਂ ਸਮਾਲੇ ਦੇ ਲੋਕ ਸਾਰੇ ਜਾਣਦੇ ਨੇ ਵੀ ਇੱਕ ਗਲਤੀ ਕਰ ਲਈ ਸੀ ਸਮਾਲੇ ਦੇ ਲੋਕਾਂ ਨੇ, ਉਹ ਸ਼ਾਇਦ ਅਸੀਂ ਉਹੀ ਭੁਗਤ ਰਹੇ ਹਾਂ। ਅਤੇ ਪਰ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਵੇਂ ਹੁਣ ਜਿਹੜਾ ਅਖਾੜੀਆਂ ਨੇ, ਇਹ ਵਾਰ ਵਾਰ ਮੌਕੇ ਨਹੀਂ ਮਿਲਣਗੇ ਤੁਹਾਨੂੰ, ਸਾਰਿਆਂ ਨੂੰ ਧੋ ਦੇਣਾ ਸਮਾਲੇ ਦੇ ਲੋਕਾਂ ਨੇ, ਜਿਹੜਾ ਆ ਬੇਈਮਾਨੀਆਂ ਤੁਹਾਡੇ ਹੰਕਾਰ ਤੁਹਾਡੇ ਮਨ 'ਚ ਬਣੇ ਹੋਏ ਨੇ ਇਹ ਸਾਰੇ ਕਰ ਦੇਣਾ, ਕਿਉਂ ਅੱਗੇ ਲੱਗਦਾ ਵੀ ਤੁਹਾਨੂੰ ਵੀ ਹਾਂਜੀ ਇੰਨੀ ਵੋਟ ਇੰਨੇ ਪੈਸੇ ਦੀ ਬਣਦੀ ਹੈ ਜੀ, ਉਹ ਤੁਹਾਡੀਆਂ ਜਿਹੜੀਆਂ ਗਿਣਤੀਆਂ ਮਿਣਤੀਆਂ ਸਾਰੀਆਂ ਜੀਰੋ ਕਰਤੀਆਂ। ਅਤੇ ਫਿਰ ਮੈਂ ਤੁਹਾਨੂੰ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ ਜਾਂ ਸਮਰਾਲੇ ਦੇ ਵਿੱਚ ਜੇ ਤੁਸੀਂ ਵਿਚਰਨਾ, ਸਮਰਾਲੇ ਦੇ ਦਿਲਾਂ ਦੇ ਰਾਜ ਕਰਨਾ, ਕੋਈ ਬੜਾ ਵੱਡਾ ਮਾਣ ਦਿੱਤਾ ਸਮਰਾਲੇ ਦੇ ਲੋਕਾਂ ਨੇ ਲੰਬਾ ਟਾਈਮ, ਤਾਂ ਤੁਹਾਨੂੰ ਆਹ ਜਿਹੜੀਆਂ ਤੁਹਾਡੀਆਂ, ਮੈਂ ਤਾਂ ਸਿੱਧੀ ਗੱਲ ਕਹੂੰ, ਕਿੰਨੀ ਨਹੀਂ ਕਹੂੰਗਾ ਚਾਹੇ ਕਿਸੇ ਨੂੰ ਚੰਗਾ ਲੱਗੇ ਬੁਰਾ, ਸਾਰੀਆਂ ਭੁੱਲ ਕੇ ਸੇਵਾ ਭਾਵਨਾ ਦੇ ਨਾਲ ਖੜਨਾ ਪਊਗਾ ਤੁਹਾਨੂੰ ਸਾਰਿਆਂ ਨੂੰ। ਪਰ ਜੇ ਤੁਸੀਂ ਨਹੀਂ ਕਰੋਗੇ ਤਾਂ ਪੰਜਾਬ ਦੇ ਲੋਕ ਤੱਪੜ ਰੋਲ ਦਿੰਦੇ ਨੇ। ਮੈਂ ਖੁਦ ਆਪਣੀ ਗੱਲ ਕਰਦਾ, ਜੇ ਮੈਂ ਕੰਮ ਨਹੀਂ ਕਰੂੰਗਾ ਤਾਂ ਪੰਜਾਬ ਲੋਕ ਮੈਨੂੰ ਵੀ ਨਹੀਂ ਬਖਸ਼ਣਗੇ, ਪਰ ਮੈਨੂੰ ਮਾਣ ਆ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV।